ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਬੜੇ ਦਿਨਾਂ ਤੋਂ ਦੇਖ ਰਿਹਾ ਜਿਹੜੀ ਸਿਆਸਤ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਜੋ ਘਟਨਾਕ੍ਰਮਾ ਰਾਮ ਰਹੀਮ ਨੂੰ ਲੈ ਕੇ ਹੋ ਰਿਹਾ ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਸੀ ਤੁਹਾਡੇ ਨਾਲ ਕਿ ਕੋ ਚਾਰ ਮੁੱਖ ਪਾਰਟੀਆਂ ਦਾ ਇਹਨਾਂ ਦੋਨਾਂ ਇਸ਼ੂਸ ਤੇ ਕੀ ਰੋਲ ਰਿਹਾ ਕੀ ਸਟੈਂਡ ਰਿਹਾ ਇਹ ਜ਼ਰੂਰ ਹਰ ਇੱਕ ਬੰਦੇ ਦੇ ਧਿਆਨ 'ਚ ਹੋਣਾ ਚਾਹੀਦਾ ਤੇ ਫਿਰ ਉਹ ਗੱਲਾਂ ਸੁਣ ਕੇ ਆਪਦਾ ਦਿਮਾਗ ਲਾ ਕੇ ਸੋਚਿਓ ਜ਼ਰੂਰ ਕਿ ਇਹ ਘਟਨਾਕ੍ਰਮ ਜੋ ਹੋ ਰਿਹਾ ਇਹ ਕਿਉਂ ਹੋ ਰਿਹਾ ਸਭ ਤੋਂ ਪਹਿਲਾਂ ਕਾਂਗਰਸ ਇਹ ਸਾਰਾ ਮਸਲਾ ਪੈਰੋਂ ਕਾਂਗਰਸ ਦੇੋਂ ਵਿਗੜਿਆ ਪਲੂ ਸਟਾਰ ਕਰਾਇਆ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ 84 ਦਾ ਕਤਲੇਆਮ ਹੋਇਆ ਬਿਆਨ ਸਿੰਘ ਦੀ ਸਰਕਾਰ ਚ ਘਰੋਂ ਚੱਕ ਚੱਕ ਸਿੱਖ ਨੌਜਵਾਨ ਮੁੰਡੇ ਸਾਡੇ ਭਰਾ ਮਾਰੇ ਗਏ ਇਨ੍ਹਾਂ ਬੇਇਨਸਾਫੀਆਂ ਦੇ ਖਿਲਾਫ ਬੰਦੀ ਸਿੰਘ ਘਰਾਂ ਚੋਂ ਨਿਕਲੇ ਤੇ ਅੱਜ ਤੱਕ ਵਾਪਸ ਆਪਣੇ ਘਰਾਂ ਚ ਨਹੀਂ ਗਏ ਮੋਡ ਕਾਂਗਰਸ ਰਾਮ ਰਹੀਮ ਵਾਲੇ ਮਸਲੇ 'ਚ ਵੀ ਅੱਜ ਵੀ ਤੁਸੀਂ ਵੇਖ ਲਓ ਕੱਲ ਹੁੱਡੇ ਦੀ ਸਟੇਟਮੈਂਟ ਸੀ ਕਿ ਰਾਮ ਰਹੀਮ ਦਾ ਹੱਕ ਹੈ ਪਰੋਲ ਲੈਣਾ ਤੇ ਬਿਲਕੁਲ ਸਹੀ ਦਿੱਤੀ ਗਈ ਹੈ ਦੂਜੀ ਪਾਰਟੀ ਭਾਰਤੀ ਜਨਤਾ ਪਾਰਟੀ ਵਿਕੋ ਪ੍ਰਧਾਨ ਮੰਤਰੀ ਨੇ 500 ਸਾਲੇ ਤੇ 550 ਸਾਲੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਤੇ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਅੱਜ ਉਹ ਸਰਕਾਰ ਚ ਹੈ ਕੇਂਦਰ ਦੀ ਸਰਕਾਰ ਚ ਉਹਨਾਂ ਦੇ ਇੱਕ ਦਸਕਤ ਨਾਲ ਸਾਰੇ ਛੁੱਟ ਸਕਦੇ ਆ ਪਰ ਨਹੀਂ ਦੂਜੇ ਪਾਸੇ ਰਾਮ ਰਹੀਮ ਨੂੰ ਵਾਰੀ-ਵਾਰੀ ਪਰੋਲ ਦਿੱਤੀ ਜਾ ਰਹੀ ਹੈ ਵਾਰੀ-ਵਾਰੀ ਹਰ ਇਲੈਕਸ਼ਨ ਤੋਂ ਪਹਿਲਾਂ ਬਾਹਰ ਕੱਢਿਆ ਜਾ ਰਿਹਾ ਤੇ ਹਰਿਆਣਾ ਮੁੱਖ ਮੰਤਰੀ ਦੇ ਜਿਹੜੇ ਦੂਤ ਹੈ ਉਹ ਉਹਦੇ ਡੇਰੇ ਚ ਜਾ ਕੇ ਉਹਨੂੰ ਸਰਕਾਰੀ ਸਮਾਗਮਾਂ ਦੀ ਇਨਵੀਟੇਸ਼ਨ ਵੀ ਦੇ ਰਹੇ ਤੀਜੀ ਪਾਰਟੀ ਆਮ ਆਦਮੀ ਪਾਰਟੀ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਨੂੰ ਅੱਜ 24 ਸਾਲ 9 ਮਹੀਨੇ 23 ਦਿਨ ਹੋ ਗਏ ਚੇਲ ਚ 6 ਵਾਰੀ ਉਹਨਾਂ ਦੀ ਰਿਲੀਜ਼ ਦੇ ਆਰਡਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਦਸਕਤ ਕਰਨੇ ਆ 6 ਵਾਰੀ ਰਿਜੈਕਟ ਕਰ ਚੁੱਕੇ ਦੂਜੇ ਪਾਸੇ 7 ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਜਿਹੜਾ ਬੰਦਾ ਬੇਅਦਬੀ ਦੇ ਮਾਮਲੇ 'ਚ ਮੁੱਖ ਦੋਸ਼ੀ ਜਿਹਦੇ ਖਿਲਾਫ ਕੇਸ ਚੱਲ ਰਿਹਾ ਹੈ ਫਰੀਦਕੋਟ ਦੀ ਅਦਾਲਤ 'ਚ ਉਹਦਾ ਸੱਤ ਸੰਗ ਕਰਾਇਆ ਜਾਂਦਾ ਸਲਾਬਤਪੁਰੇ ਡੇਰੇ ਸੱਤ ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਉਹਦਾ ਪ੍ਰਚਾਰ ਕਰਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲੋ ਤੁਸੀਂ ਭਾਈ ਰਾਜੂਵਾਨਾ ਦੇ ਫਾਂਸੀ ਦੀ ਸਜ਼ਾ ਇੰਪਲੀਮੈਂਟ ਕਰਨ ਤੋਂ ਕੋਰਟ ਦਾ ਆਰਡਰ ਮੰਨਣ ਤੋਂ ਪ੍ਰੈਜ਼ੀਡੈਂਟ ਦੇ ਵਾਰੰਟ ਮੰਨਣਾ ਮੰਨਣ ਤੋਂ ਇਨਕਾਰੀ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਸardar ਪ੍ਰਕਾਸ਼ ਸਿੰਘ ਬਾਦਲ ਨੇ ਤੇ ਜੇ ਬੰਦੀ ਸਿੰਘ ਭਰਾਵਾਂ ਦੀ ਸਾਡਿਆਂ ਦੀ ਲੜਾਈ ਅੱਜ ਤੱਕ ਲੜੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਵੱਡਾ ਰੋਲ ਪਰ ਦੁੱਖ ਦੀ ਗੱਲ ਇਹ ਹੈ ਕਿ ਆਪਾਂ ਸਮਝ ਵੀ ਨਹੀਂ ਰਹੇ ਕਿ ਇਹ ਤਿੰਨ ਪਾਰਟੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਕੋਈ ਇਹਨਾਂ ਨੂੰ ਸਵਾਲ ਨਹੀਂ ਕਰ ਰਿਹਾ ਜਿੰਨੇ ਆਪਦੇ ਆਪ ਨੂੰ ਪੰਥਕ ਬਣੇ ਐ ਜਦੋਂ ਸਟੇਜ ਤੇ ਚੜਦੇ ਐ ਟਾਰਗੇਟ ਕੌਣ ਸ਼੍ਰੋਮਣੀ ਅਕਾਲੀ ਦਲ ਇਹਦੇ ਪਿੱਛੇ ਕਾਰਨ ਕੀ ਐ ਇਹਨੂੰ ਸੋਚੋ ਕਿਉਂ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਸਵਾਲ ਹੁੰਦੇ ਕਿਉਂ ਨਹੀਂ ਕਾਂਗਰਸ ਨੂੰ ਸਵਾਲ ਹੁੰਦੇ ਕਿਉਂ ਨਹੀਂ ਆਮ ਆਦਮੀ ਪਾਰਟੀ ਨੂੰ ਸਵਾਲ ਹੁੰਦੇ ਕੇਵਲ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਰੂਰ ਸੋਚੋ ਇਹਦੇ ਬਾਰੇ ਸੋਚ ਕੇ ਆਪਦੇ ਦਿਮਾਗ ਨਾਲ ਫਿਰ ਆਪਦੀ ਰਾਇ ਬਣਾਓ ਕਿ ਇਹਦੇ ਪਿੱਛੇ ਕੌਣ ਹੈ ਤੇ ਇਹਦੇ ਪਿੱਛੇ ਕਾਰਨ ਕੀ ਹੈ ਧੰਨਵਾਦ